ਕਰਤਾਰ ਨਗਰ ਇੱਥੇ ਛਾਟੇ ਰਿੰਕੂ ਜੀ ਵੱਲੋਂ ਪ੍ਰੋਗਰਾਮ ਕੀਤਾ ਗਿਆ ਸੀ, ਉਹਦੇ 'ਚ ਅਸੀਂ ਡਾਕਟਰ ਰਾਜ ਕੁਮਾਰ ਜੀ ਵੇਰਕਾ ਜਿਨ੍ਹਾਂ ਦਾ ਹਲਕਾ ਹੈ, ਅਸੀਂ ਸਾਰਿਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਹੈ। ਔਰ ਅਸੀਂ ਸੰਵਿਧਾਨ ਦੇ ਵਿਰੁੱਧ ਜਿਹੜੀ ਸਰਕਾਰ ਨੇ ਕੰਮ ਕੀਤੇ ਕੇਂਦਰ ਦੇ ਵਿੱਚ, ਉਹਨੂੰ ਲਾਉਣ ਵਾਸਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ। ਜਿਨ੍ਹਾਂ ਨੇ ਕੋਨਸਟੀਟਿਊਸ਼ਨ ਖਤਮ ਕਰਨ ਦਾ ਧੱਈਆ ਕੀਤਾ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਸੰਵਿਧਾਨ ਜਿਹਨੂੰ ਉਹਨਾਂ ਨੇ ਇਸ ਵੇਲੇ ਖਤਮ ਕਰਨ ਦਾ ਇੱਕ ਨਿਰਣਾ ਕੀਤਾ ਹੈ, ਉਹਨਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ, ਉਹਨੂੰ ਬਚਾਉਣ ਵਾਸਤੇ ਅਸੀਂ ਸਾਰਿਆਂ ਨੂੰ ਲਾਮਬੰਦ ਕਰ ਰਹੇ ਹਾਂ। ਔਰ ਸਾਡੀ ਸਮੁੱਚੀ ਟੀਮ ਜਿਹੜੀ ਹੈ, ਉਹ ਸਾਰੇ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰ ਜਿਹੜੇ ਆ ਥਾਂ ਥਾਂ 'ਤੇ ਲੱਗੇ ਨੇ ਇਸ ਵਾਸਤੇ। ਸਮਾਜ ਨੂੰ ਇੱਕੋ ਬੇਨਤੀ ਹੈ ਕਿ ਵੋਟਾਂ ਪਾਉਣ ਜ਼ਰੂਰ ਜਾਇਓ, ਸੋਚ ਕੇ ਪਾਇਓ। ਪੰਜਾਬ ਦੇ ਜ਼ਿੰਮੇਵਾਰੀ ਵੱਡੀ ਹੈ ਪੰਜਾਬ 'ਤੇ, ਕਿਉਂਕਿ ਜ਼ੁਲਮ ਦੇ ਵਿਰੁੱਧ ਪੰਜਾਬੀ ਖੜ੍ਹਦੇ ਨੇ, ਔਰ ਜ਼ੁਲਮ ਸਾਰੇ ਹਿੰਦੁਸਤਾਨ 'ਚ ਹੋ ਰਿਹਾ। ਮਣੀਪੁਰ ਵਰਗੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ, ਇਸ ਕਰਕੇ ਕਾਂਗਰਸ ਪਾਰਟੀ ਦੇ ਖਾਸ ਕਰ ਪੰਜਾਬੀਆਂ ਦਾ ਵੱਡਾ ਫਰਜ਼ ਬਣਦਾ ਕਿ ਉਹ ਇਸ ਵੇਲੇ ਜ਼ੁਲਮ ਦੇ ਵਿਰੁੱਧ 'ਚ ਇੱਕ ਤਾਕਤ ਦੇ ਰੂਪ ਵਿੱਚ ਖਲੋਣ, ਔਰ 1 ਤਰੀਕ ਨੂੰ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਡੇ ਵਰਗੇ ਆਸ ਨੂੰ ਮੌਕਾ ਦੇਣ, ਔਰ ਅਸੀਂ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਫਿਰ ਬੁਲੰਦ ਕਰੀਏ, ਔਰ ਅੰਮ੍ਰਿਤਸਰ ਤੋਂ ਭਾਰੀ ਬਹੁਮਤ ਦੇ ਨਾਲ ਜਿਹੜਾ ਹੈ ਉਹ ਜਿਤਾਉਣ ਦੀ ਕੋਸ਼ਿਸ਼ ਕਰਨ, ਔਰ ਜਿਹੜਾ ਇੰਡੀਆ ਅਲਾਇੰਸ ਆ ਉਹਦੀ ਸਰਕਾਰ ਜਿਹੜੀ ਹੈ ਉਹ ਭਾਰਤ ਦੇ ਵਿੱਚ ਬਣ ਜਾ ਰਹੀ ਹੈ। ਅਸੀਂ ਅੱਜ ਕਰਤਾਰ ਨਗਰ ਇੱਥੇ ਛਾਟੇ ਰਿੰਕੂ ਜੀ ਵੱਲੋਂ ਪ੍ਰੋਗਰਾਮ ਕੀਤਾ ਗਿਆ ਸੀ, ਉਹਦੇ 'ਚ ਅਸੀਂ ਡਾਕਟਰ ਰਾਜ ਕੁਮਾਰ ਜੀ ਵੇਰਕਾ ਜਿਨ੍ਹਾਂ ਦਾ ਹਲਕਾ ਹੈ, ਅਸੀਂ ਸਾਰਿਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਹੈ। ਔਰ ਅਸੀਂ ਸੰਵਿਧਾਨ ਦੇ ਵਿਰੁੱਧ ਜਿਹੜੀ ਸਰਕਾਰ ਨੇ ਕੰਮ ਕੀਤੇ ਕੇਂਦਰ ਦੇ ਵਿੱਚ, ਉਹਨੂੰ ਲਾਉਣ ਵਾਸਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ। ਜਿਨ੍ਹਾਂ ਨੇ ਕੋਨਸਟੀਟਿਊਸ਼ਨ ਖਤਮ ਕਰਨ ਦਾ ਧੱਈਆ ਕੀਤਾ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਸੰਵਿਧਾਨ ਜਿਹਨੂੰ ਉਹਨਾਂ ਨੇ ਇਸ ਵੇਲੇ ਖਤਮ ਕਰਨ ਦਾ ਇੱਕ ਨਿਰਣਾ ਕੀਤਾ ਹੈ, ਉਹਨਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ, ਉਹਨੂੰ ਬਚਾਉਣ ਵਾਸਤੇ ਅਸੀਂ ਸਾਰਿਆਂ ਨੂੰ ਲਾਮਬੰਦ ਕਰ ਰਹੇ ਹਾਂ। ਔਰ ਸਾਡੀ ਸਮੁੱਚੀ ਟੀਮ ਜਿਹੜੀ ਹੈ ਉਹ ਸਾਰੇ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰ ਜਿਹੜੇ ਆ ਥਾਂ ਥਾਂ 'ਤੇ ਲੱਗੇ ਨੇ ਇਸ ਵਾਸਤੇ। ਸਮਾਜ ਨੂੰ ਇੱਕੋ ਬੇਨਤੀ ਹੈ ਕਿ ਵੋਟਾਂ ਪਾਉਣ ਜ਼ਰੂਰ ਜਾਇਓ, ਸੋਚ ਕੇ ਪਾਇਓ। ਪੰਜਾਬ ਦੇ ਜ਼ਿੰਮੇਵਾਰੀ ਵੱਡੀ ਹੈ ਪੰਜਾਬ 'ਤੇ, ਕਿਉਂਕਿ ਜ਼ੁਲਮ ਦੇ ਵਿਰੁੱਧ ਪੰਜਾਬੀ ਖੜ੍ਹਦੇ ਨੇ, ਔਰ ਜ਼ੁਲਮ ਸਾਰੇ ਹਿੰਦੁਸਤਾਨ 'ਚ ਹੋ ਰਿਹਾ। ਮਣੀਪੁਰ ਵਰਗੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ, ਇਸ ਕਰਕੇ ਕਾਂਗਰਸ ਪਾਰਟੀ ਦੇ ਖਾਸ ਕਰ ਪੰਜਾਬੀਆਂ ਦਾ ਵੱਡਾ ਫਰਜ਼ ਬਣਦਾ ਕਿ ਉਹ ਇਸ ਵੇਲੇ ਜ਼ੁਲਮ ਦੇ ਵਿਰੁੱਧ 'ਚ ਇੱਕ ਤਾਕਤ ਦੇ ਰੂਪ ਵਿੱਚ ਖਲੋਣ, ਔਰ 1 ਤਰੀਕ ਨੂੰ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਡੇ ਵਰਗੇ ਆਸ ਨੂੰ ਮੌਕਾ ਦੇਣ, ਔਰ ਅਸੀਂ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਫਿਰ ਬੁਲੰਦ ਕਰੀਏ, ਔਰ ਅੰਮ੍ਰਿਤਸਰ ਤੋਂ ਭਾਰੀ ਬਹੁਮਤ ਦੇ ਨਾਲ ਜਿਹੜਾ ਹੈ ਉਹ ਜਿਤਾਉਣ ਦੀ ਕੋਸ਼ਿਸ਼ ਕਰਨ। ਔਰ ਜਿਹੜਾ ਇੰਡੀਆ ਅਲਾਇੰਸ ਆ ਉਹਦੀ ਸਰਕਾਰ ਜਿਹੜੀ ਹੈ ਉਹ ਭਾਰਤ ਦੇ ਵਿੱਚ ਬਣ ਜਾ ਰਹੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।